ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਮੈਂ ਵਿਧਾਨ ਸਭਾ ਦੇ ਵਿੱਚ ਠੋਕ ਕੇ ਰੱਖੀ ਹੈ ਕਿ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਵੇ। ਮੈਂ ਕਿਹਾ ਉਹ ਸ਼ਰਾਬ ਤੇ ਜਿਹੜਾ ਸਟੀਕਰ ਲੱਗਿਆ ਉਹ ਰਾਇਲ ਸਟੈਗ ਦਾ, ਕਹਿੰਦੇ ਫੇਰ ਮੈਂ ਕਿਹਾ ਵਿੱਚ ਹੈ ਬਾਹੋ ਮਾਜਰਾ ਬ੍ਰੈਂਡ ਹੈ। ਕਹਿੰਦਾ ਮੈਂ ਤੁਹਾਨੂੰ ਭਰੋਸਾ ਦਵਾਉਣਾ ਜਿਵੇਂ ਸੌਂਕ ਸਾਹਿਬ ਐਮ ਐਲ ਏ ਹੋ ਗਏ, ਪਰਮਾਤਮਾ ਸੁੱਖ ਰੱਖੇ, ਜਿਹੜੀ 4 ਜੂਨ ਆਉਣੀ ਹੈ ਮੈਂ ਇੱਥੋਂ ਜਿੱਤਾਂ, ਅਤੇ ਇਹ ਦੋਨੋਂ ਇਹਦਾ ਬਹੁਤ ਵੱਡਾ ਉਦੋਂ ਦੇ ਯਤਨ ਕਰਨਾ ਵੀ ਸਾਡਾ ਜ਼ਿਲ੍ਹਾ ਬਣੇ। ਇਹ ਸਾਨੂੰ 2 ਸਾਲਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਅੱਜ ਲੋਕ ਸਭਾ ਚੋਣਾਂ ਵਿੱਚ ਬੜੀ ਸੰਖਿਆ 'ਚ ਲੋਕ ਅਲੱਗ ਅਲੱਗ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਭਾਜਪਾ 'ਤੇ ਤਿੱਖਾ ਵਾਰ ਕਰਦੇ ਹੋਏ ਜੀ ਪੀ ਸਿੰਘ ਨੇ ਕਿਹਾ ਕਿ ਅੱਜ ਭਾਜਪਾ ਕੋਲ ਚੋਣ ਲੜਨ ਲਈ ਕੋਈ ਉਮੀਦਵਾਰ ਨਹੀਂ। ਮੋਦੀ ਸਰਕਾਰ ਦੇ 10 ਸਾਲ ਦੇ ਰਾਜ ਦੌਰਾਨ ਜੋ ਭਾਜਪਾ ਦੀ ਕਾਰਜਕਾਰਨੀ ਰਹੀ ਹੈ ਉਸ ਨੂੰ ਦੇਖਦੇ ਹੋਏ ਭਾਜਪਾ ਦੇ ਵਰਕਰ ਚੋਣ ਲੜਨ ਲਈ ਤਿਆਰ ਹੀ ਨਹੀਂ ਹਨ। ਉੱਧਰ ਕਾਂਗਰਸ ਦੇ ਡਾਕਟਰ ਅਮਰ ਸਿੰਘ 'ਤੇ ਵਾਰ ਕਰਦਿਆਂ ਉਹਨਾਂ ਕਿਹਾ ਕਿ ਵਿਚਾਰੇ ਡਾਕਟਰ ਅਮਰ ਸਿੰਘ ਵਧੀਆ ਇਨਸਾਨ ਹਨ ਪਰ ਉਹ ਘਬਰਾ ਚੁੱਕੇ ਹਨ। ਉਹਨਾਂ ਨੂੰ ਕਿਸੇ ਵੀ ਪਿੰਡ ਅਤੇ ਸ਼ਹਿਰ ਵਿੱਚ ਕੋਈ ਰਿਸਪੋਂਸ ਨਹੀਂ ਮਿਲ ਰਿਹਾ। ਪਿੰਡਾਂ ਅਤੇ ਸ਼ਹਿਰ ਵਿੱਚ ਜਦੋਂ ਉਹ ਵੋਟਰਾਂ ਨੂੰ ਮਿਲਦੇ ਹਨ ਤਾਂ ਵੋਟਰ ਉਹਨਾਂ ਨੂੰ ਪੁੱਛਦੇ ਹਨ ਕਿ ਉਹ ਪਿਛਲੇ 5 ਸਾਲ ਕਿੱਥੇ ਰਹੇ। ਅੱਜ ਲਲਹੇੜੀ ਰੋਡ 'ਤੇ ਰੱਖੀ ਬੈਠਕ ਦੌਰਾਨ ਲਲਹੇੜੀ ਰੋਡ ਦੇ ਸ਼ੋਪਕੀਪਰਾਂ ਵੱਲੋਂ ਆਮ ਆਦਮੀ ਪਾਰਟੀ ਦਾ ਬੜੀ ਸੰਖਿਆ ਵਿੱਚ ਲੋਕਾਂ ਨੇ ਦਮਨ ਫੜਿਆ। ਕਈ ਪਰਿਵਾਰ ਜੋ ਕਿ ਖੰਨੇ ਵਿੱਚ ਆਪਣੀ ਪਹਿਚਾਣ ਰੱਖਦੇ ਹਨ ਉਹ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਿਰਕਤ ਕੀਤੀ। ਉਹਨਾਂ ਦੀ ਜੁਆਇਨਿੰਗ ਜੇ ਪੀ ਸਿੰਘ ਅਤੇ ਹਲਕਾ ਵਿਧਾਇਕ ਸਰਦਾਰ ਤਰਨਪ੍ਰੀਤ ਸਿੰਘ ਨੇ ਕਰਵਾਈ। ਪਾਰਟੀ ਦੇ ਵਿੱਚ ਦੇਖਿਓ ਜੀ ਤਾਂ ਦੇਖੋ ਆ
ਪੁੱਛੀ ਗੱਲ ਆ ਸੁਰਿੰਦਰ, ਆ ਥੋੜ੍ਹਾ ਕਿਆ ਤੁਹਾਨੂੰ ਇੱਧਰ ਮੂੰਹ ਕਰੋ ਜੀ, ਠੀਕ ਹੋ, ਦੇਖਿਓ ਜੀ ਤੁਹਾਨੂੰ ਇੱਧਰ ਦੇਖੋ, ਅਸਲ ਤਾਂ ਤੁਹਾਨੂੰ ਕਰਨਾ ਚਾਹੀਦਾ, ਅਸਲੀ ਤਾਂ ਹੱਕਦਾਰ ਤੁਸੀਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੁਹਾਨੂੰ ਪੀ ਸੋਹਣ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਦੇ ਘਰ ਦੇ ਕੋਲ ਹੀ ਅੱਜ ਬਹੁਤ ਵੱਡੀ ਮੀਟਿੰਗ ਹੋਈ ਹੈ ਅਤੇ ਹਰ ਦੁਕਾਨਦਾਰ ਨੇ, ਹਰ ਜਿਹੜੇ ਇੱਥੇ ਰੈਜੀਡੈਂਸ ਦੇ ਆਲੇ ਪਾਸੇ ਸਾਡੇ ਭਰਾ ਨੇ, ਉਹਨਾਂ ਨੇ ਅੱਜ ਭਰੋਸਾ ਦਿੱਤਾ ਵੀ ਜਿਵੇਂ 2 ਸਾਲ ਤੋਂ ਸਾਡੇ ਮਹਾਤਮਾ ਜੀ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਹੈ ਅਤੇ ਅੱਜ ਹਰ ਬੰਦਾ ਖੁਸ਼ ਹੈ, ਕਿਹਦਾ ਕੋਈ ਜੀਰੋ ਬਿੱਲ ਆ ਰਿਹਾ, ਕਿਸੇ ਦਾ ਕੋਈ, ਚਾਹੇ ਕਿਤੇ ਬੱਚੇ ਪੜ੍ਹ ਰਹੇ, ਚੰਗੀ ਉਹਨੂੰ ਐਜੂਕੇਸ਼ਨ ਮਿਲ ਰਹੀ ਹੈ ਜਾਂ ਚੰਗਾ ਇਲਾਜ ਮਿਲ ਰਿਹਾ, ਅੱਜ ਲੋਕ ਸਾਰੇ ਪੰਜਾਬ ਦੇ ਖੁਸ਼ ਨੇ, ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ, ਸਾਨੂੰ ਪੂਰੀ ਆਸ ਹੈ ਅਸੀਂ ਖੰਨਾ ਜਿਹੜੀ ਸੀਟ ਹੈ ਉਹ ਵੱਧ ਤੋਂ ਵੱਧ ਘੱਟੋ ਘੱਟ 20-25 ਹਜ਼ਾਰ ਮੁਆਵਜ਼ਾ ਦਿੱਤਾਂਗੇ, ਸਾਨੂੰ ਪੂਰਾ ਰਿਸਪੋਂਸ ਹੈ, ਜਿਵੇਂ ਭਗਵੰਤ ਮਾਨ ਜੀ ਨੇ ਕੰਮ ਕੀਤੇ, ਕੇਜਰੀਵਾਲ ਸਾਹਿਬ ਨੇ ਕੀਤੇ, ਬਹੁਤ ਵਧੀਆ ਰਿਸਪੋਂਸ ਮਿਲ ਰਿਹਾ, ਘੱਟੋ ਘੱਟ ਅੱਜ ਵੀ 10 ਪਰਿਵਾਰ ਦੇ ਕਰੀਬ ਅਕਾਲੀ ਦਲ ਦਾ ਕਾਂਗ, ਕੋਈ ਅਕਾਲੀ ਦਲ ਛੱਡ ਕੇ ਆ ਰਿਹਾ, ਕੋਈ ਕਾਂਗਰਸ ਛੱਡ ਕੇ ਆ ਰਿਹਾ, ਅੱਜ ਬਹੁਤ ਵੱਡਾ ਅੰਗਾਰਾ ਸਾਨੂੰ ਮਿਲ ਰਿਹਾ, ਸਾਨੂੰ ਪੂਰੀ ਆਸ ਹੈ ਜਿਵੇਂ ਹਰ ਅੱਜ ਹਰ ਜੀ ਕੋਈ ਸਾਡੇ ਜਿਵੇਂ ਫੰਕਸ਼ਨ 'ਤੇ ਵੀ ਆਇਆ, ਸਾਨੂੰ ਪੂਰੀ ਆਸ ਹੈ ਚਾਹੇ ਲਲੇੜੀ ਰੋਡ ਹੋਵੇ ਚਾਹੇ ਦੂਜੇ ਰੋਡ ਜੋਨ, ਸਾਰੇ ਅੱਜ ਇਕੱਠੇ ਹੋ ਕੇ ਆਪਾਂ ਅੱਜ ਜਿਹੜੀ ਕੰਨਾ ਪਹਿਲਾਂ ਆਪਣੇ ਸੋਹਣ ਸਾਹਿਬ ਨੇ ਗੱਲ ਕੀਤੀ, ਕਿਉਂਕਿ ਵਿਧਾਨ ਸਭਾ ਜੀ ਨੇ ਕੁਐਸਚਨ ਵੀ ਲਾਇਆ, ਸਾਨੂੰ ਪੂਰੀ ਆਸ ਹੈ ਅਸੀਂ ਦੋਨੋਂ ਮੈਂਬਰ ਪਾਰਲੀਮੈਂਟ 'ਚ ਆਪਾਂ ਜਾਵਾਂਗੇ ਇੱਥੋਂ ਜਿੱਤ ਕੇ, ਅਸੀਂ ਦੋਨੋਂ ਇਕੱਠੇ ਹੋ ਕੇ ਇਹ ਜਿਹੜਾ ਜ਼ਿਲ੍ਹੇ ਵਾਲਾ ਇਹ ਵੀ ਨੇਪਰੇ ਕੰਮ ਚਾਲਾ ਕਿਹਾ। ਡਾਕਟਰ ਅਮਰ ਸਿੰਘ ਵਿਚਾਰੇ ਵਧੀਆ ਇਨਸਾਨ ਹੈ ਪਰ ਉਹ ਭਰਾ ਚੁੱਕੇ ਆ, ਉਹਨਾਂ ਨੂੰ ਹਰ ਕਿਸੇ ਵੀ ਪਿੰਡ 'ਚ ਰਿਸਪੋਂਸ ਨਹੀਂ ਮਿਲ ਰਿਹਾ, ਨਾ ਕਿਸੇ ਸ਼ਹਿਰ 'ਚ ਮਿਲ ਰਿਹਾ ਨਾ ਪਿੰਡ 'ਚ ਮਿਲ ਰਿਹਾ, ਕਿਉਂਕਿ ਅੱਜ ਉਹਨਾਂ ਕੋਲ ਲੋਕ ਪੁੱਛ ਰਹੇ ਆ ਕਿ ਤੁਸੀਂ 5 ਸਾਲ ਕੀਤੇ ਸੀਗੇ, 5 ਸਾਲ ਲਈ ਤੁਸੀਂ ਇੱਥੇ ਕੰਮ ਕੀ ਕੀਤਾ ਫਤਿਹਗੜ੍ਹ ਸਾਹਿਬ ਲਈ, ਇਹ ਸਿਰਫ ਗੱਲਾਂ ਬਾਤਾਂ ਹੀ ਕੀਤੀਆਂ, ਕੋਈ ਕੰਮ ਨਹੀਂ ਕੀਤਾ, ਅੱਜ ਲੋਕ ਉਹਨਾਂ ਨੂੰ ਲੋਕ ਪਿੰਡਾਂ 'ਚ ਮੂੰਹ ਨਹੀਂ ਲਾਉਣਗੇ, ਸਾਡੀ ਆਮ ਆਦਮੀ ਪਾਰਟੀ ਜਿਹੜੀ ਆਪਣਾ ਜਿਵੇਂ ਸਰਕਾਰ ਚੱਲ ਰਹੀ ਆ, ਲੋਕ ਭਗਵੰਤ ਮਾਨ ਜੀ ਨੂੰ ਵੋਟ ਪਾਉਣਾ ਚਾਹੁੰਦੇ ਆ, ਸਾਡੇ ਕੈਂਡੀਡੇਟਾਂ ਨੂੰ ਵੋਟ ਪਾਉਣਾ ਚਾਹੁੰਦੇ ਆ, ਜਿਵੇਂ ਲੋਕ ਸਭਾ 'ਚ ਮੈਂ ਖੜਾਂ ਅਤੇ ਲੋਕ ਮੈਨੂੰ ਵੋਟ ਪਾ ਕੇ ਇੱਥੋਂ ਲੋਕ ਸਭਾ 'ਚ ਭੇਜਣ। ਇਹਨੂੰ ਬਹੁਤ ਵੱਡਾ ਭਰੋਸਾ ਸੀਗਾ ਕਿਸੇ ਲੀਡਰ 'ਤੇ, ਉਹ ਭਰੋਸੇ ਯੋਗ ਵੀ ਨਹੀਂ ਸੀਗਾ ਅਤੇ ਬੜਾ ਵੱਡਾ ਕਰਦਾ ਸੀ ਯਕੀਨ, ਅਤੇ ਅੱਜ ਸਹੀ ਮਾਇਨਿਆਂ 'ਚ ਜਿਹੜੇ ਲੋਕ ਨੇ ਜਾਂ ਲੀਡਰ ਨੇ ਕਾਂਗਰਸ ਪਾਰਟੀ 'ਚ ਜਿਹੜੀ ਅਨੁਸ਼ਾਸਨ ਦੀ ਬੜੀ ਵੱਡੀ ਕਮੀ ਹੈ, ਜੋ ਕਹਿੰਦੇ ਉਹ ਕਰਦੇ ਨਹੀਂ, ਕਿਉਂ ਟੁੱਟ ਰਹੇ ਆ, ਆਉਣ ਵਾਲੇ ਟਾਈਮ 'ਚ ਜਿੰਨੇ ਵੀ ਲੀਡਰ ਹੈ ਕਾਂਗਰਸ ਦੇ ਉਹ ਪਾਰਟੀ ਛੱਡਣਗੇ ਅਤੇ ਆਮ ਆਦਮੀ ਪਾਰਟੀ ਸਾਰੇ ਹੀ ਜੁਆਇਨ ਕਰਨਾ ਚਾਹੀਦਾ। ਜੇ ਭਾਜਪਾ ਦੀ ਗੱਲ ਕਰੀਏ, ਭਾਜਪਾ ਨੇ ਹਜੇ ਤੱਕ ਆਪਣਾ ਕੈਂਡੀਡੇਟ ਉਤਾਰਨੇ ਨੂੰ ਕੀ ਮੰਗਦਾ? ਐਕਚੁਲੀ ਕੀ ਹੈ ਜੀ, ਹਲੇ ਕੈਂਡੀਡੇਟ ਕੋਈ ਲੱਭ ਹੀ ਨਹੀਂ ਰਿਹਾ ਨਾ, ਕੈਂਡੀਡੇਟ ਕੋਈ ਸੂਟ ਵੀ ਕਰਦਾ ਹੋਵੇ ਨਾ, ਕਿਉਂਕਿ ਅੱਜ ਸਹੀ ਮਹੀਨਿਆਂ 'ਚ ਜੋ 10 ਸਾਲ ਦੀ ਕਾਰਜਕਾਰੀ ਬੀਜੇਪੀ ਦੀ ਰਹੀ ਹੈ, ਲੋਕ ਚੋਣ ਵੀ ਨਹੀਂ ਲੜਨਾ ਚਾਹੁੰਦੇ, ਇਸ ਤੋਂ ਕੋਈ ਚੋਣ ਵੀ ਨਹੀਂ ਲੜਨਾ ਚਾਹੁੰਦਾ ਬੀਜੇਪੀ ਤੋਂ ਸਾਡੇ ਫਤਿਹਗੜ੍ਹ ਸਾਹਿਬ। ਲਲਹੇੜੀ ਰੋਡ 'ਤੇ ਅੱਜ ਬਹੁਤ ਵੱਡਾ ਭਰਮਾ ਸਾਨੂੰ ਹੁੰਗਾਰਾ ਮਿਲਿਆ, ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਜੀਪੀ ਜੋ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਨੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ, ਅੱਜ ਅਸੀਂ ਲਲਹੇੜੀ ਰੋਡ ਪੁਲ ਦੇ ਥੱਲੇ ਸ਼ੋਪਕੀਪਰ ਐਸੋਸੀਏਸ਼ਨ ਦੇ ਵੱਲੋਂ ਇੱਕ ਇਕੱਠ ਰੱਖਿਆ ਸੀ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, 10ਵੇਂ ਮਾਣ ਮਹਿਸੂਸ ਹੋ ਰਿਹਾ, ਇੰਨਾ ਪਿਆਰ ਇੰਨਾ ਸਤਿਕਾਰ, ਮਤਲਬ ਮੈਂ ਸੋਚਦਾ ਮੈਂ ਕਰਜ਼ਾ ਪਤਾ ਨਹੀਂ 7 ਜਨਮ ਲਾ ਪਾਊਂਗਾ ਜਾਂ ਨਹੀਂ, ਕਿਉਂਕਿ
ਮੈਨੂੰ ਨਹੀਂ ਲੱਗਦਾ ਇੰਨਾ ਪਿਆਰ ਕਦੇ ਅੱਜ ਤੱਕ ਕਿਸੇ ਲੀਡਰ ਨੂੰ ਮਿਲਿਆ ਹੋਊ ਜਿੰਨਾ ਇਹਨਾਂ ਨੇ ਮੈਨੂੰ ਪਿਆਰ ਦਿੱਤਾ, ਜਿੰਨਾ ਮੈਨੂੰ ਜਿੰਨਾ ਸਤਿਕਾਰ ਦਿੱਤਾ। ਇਕੱਠ ਅੱਜ ਤਿਲ ਸੱਟਣ ਨੂੰ ਵੀ ਜਗ੍ਹਾ ਨਹੀਂ ਸੀ। ਅੱਜ ਸਾਰੇ ਇੱਕ ਜਿਹਨੂੰ ਕਹਿੰਦੇ ਆ ਆਪ ਮੁਹਾਰੇ ਚੌ ਦੇ ਨਾਲ, ਇੰਨਾ ਚੌ ਸੀ ਅੱਜ ਚੌ ਦੇ ਨਾਲ ਗੁਰਪ੍ਰੀਤ ਸਿੰਘ ਜੀਪੀ ਜੀ ਦੇ ਵਿਚਾਰ ਸੁਣਨ ਲਈ ਆਪ ਮੁਹਾਰੇ ਅੱਜ ਦੁਕਾਨਦਾਰ ਵੀਰ ਪਹੁੰਚੇ ਨੇ। ਔਰ ਅੱਜ ਵੱਡਾ ਕਾਫਲਾ ਕਾਂਗਰਸ ਪਾਰਟੀ ਨੂੰ ਛੱਡ ਕੇ ਔਰ ਵੱਡਾ ਕਾਫਲਾ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਇਆ। ਔਰ ਸਿਰ ਕੱਢ ਪਰਿਵਾਰ ਦੇ, ਉਹ ਜਿਹਨਾਂ ਦੇ ਸਿਰ ਤੇ ਇਹ ਦੂਜੀਆਂ ਪਾਰਟੀਆਂ ਖੜੀਆਂ ਸੀ ਉਹ ਨੇ, ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਇਹਨਾਂ ਨੇ ਮਤਲਬ ਕਿ ਆਏ ਹੈ, ਮੈਨੂੰ ਇੰਨਾ ਪੱਕਾ ਯਕੀਨ ਆ ਆਮ ਆਦਮੀ ਪਾਰਟੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੂਗੀ ਜੀ। ਇਹ ਛੱਡਾਂਗੇ ਨਹੀਂ ਜੀ, ਸ਼ਰਾਬ ਦੀ ਫੈਕਟਰੀ ਦਾ ਮੁੱਦਾ ਸੀ, ਛੱਡਣਾ ਹੀ ਨਹੀਂ, ਕਾਰਨ ਹੈ ਉਹਦਾ ਇੱਕ ਬਹੁਤ ਵੱਡਾ। ਇਹ ਸਾਡੇ ਖੰਨੇ ਹਲਕੇ ਦੇ ਦਾਮਨ ਦੇ ਉੱਤੇ ਇੱਕ ਬਹੁਤ ਵੱਡਾ ਦਾਗ ਹੈ। ਔਰ ਅਸੀਂ ਆ ਵੋਟਾਂ ਤੋਂ ਵਿਹਲੇ ਹੋ ਜਾਈਏ, ਮੈਂ ਅਤੇ ਸਾਡੇ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ, ਅਸੀਂ ਦੋਵੇਂ ਜਣੇ ਇਕੱਠੇ ਹੋ ਕੇ ਸੀ ਐਮ ਸਾਹਿਬ ਕੋਲ ਜਾਵਾਂਗੇ। ਇਹ ਸਿਰਫ ਇਹ ਬਿਲਕੁਲ ਓਪਨ ਕੇਸ ਹੈ, ਅਸੀਂ ਸੀ ਐਮ ਸਾਹਿਬ ਨੂੰ ਬੇਨਤੀ ਲਾਵਾਂਗੇ ਕਿ ਇਹਨਾਂ ਦੀਆਂ ਫਾਈਲਾਂ ਖੁਲਾਓ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ।